ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਅੱਜ ਬਣਾਉਣ ਜਾ ਰਹੇ ਹਾਂ ਬਰਾਊਨ ਰਾਈਸ, ਜੋ ਕਿ ਆਪਾਂ ਨੂੰ ਵੇਟ ਘੱਟ ਕਰਨ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦੇ ਹਨ। ਇਸ ਵਾਸਤੇ ਆਪਾਂ ਲਿੱਤੇ ਹਨ ਇੱਕ ਵੱਡੀ ਕਟੋਰੀ ਰਾਈਸ, ਜਿਨ੍ਹਾਂ ਨੂੰ ਮੈਂ ਵਾਸ਼ ਕਰਕੇ ਡਿਪ ਕਰਤਾ। ਇਹਦੇ ਵਿੱਚ ਪਾਵਾਂਗੇ ਆਪਾਂ 2 ਪਿਆਜ਼ ਲੰਬੇ ਕੱਟੇ ਹੋਏ, 1 ਸ਼ਿਮਲਾ ਮਿਰਚ, 2 ਟਮਾਟਰ, ਥੋੜ੍ਹੀ ਜਿਹੀ ਲਸਣ ਅਤੇ 1 ਹਰੀ ਮਿਰਚ। ਤਾਂ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ। ਕੁੱਕਰ ਨੂੰ ਰੱਖ ਦੇਣਾ ਗੈਸ 'ਤੇ। ਇਹਦੇ ਵਿੱਚ ਸਿਰਫ ਆਪਾਂ 1 ਚਮਚ ਦੇਸੀ ਘਿਓ ਦਾ ਪਾਉਣਾ, 1.5 ਕੁ ਚਮਚ ਪਾ ਸਕਦੇ ਹਾਂ, ਅਤੇ ਇਹਨੂੰ ਗਰਮ ਹੋਣ ਦੇਣਾ। ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ, ਜਦੋਂ ਜੀਰਾ ਚੰਗੀ ਤਰ੍ਹਾਂ ਚਟਕ ਜੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀਆਂ ਜੋ ਵੀ ਆਪਾਂ ਸਬਜ਼ੀਆਂ ਕੱਟ ਕੇ ਰੱਖੀਆਂ। ਪਹਿਲਾਂ ਸ਼ਿਮਲਾ ਮਿਰਚ ਪਾਵਾਂਗੇ, ਪਿਆਜ਼ ਪਾਵਾਂਗੇ, ਲਸਣ ਪਾਵਾਂਗੇ ਅਤੇ ਹਰੀ ਮਿਰਚ ਪਾਵਾਂਗੇ। ਜਦੋਂ ਇਹ ਹਲਕੇ ਜਿਹੇ ਫਰਾਈ ਹੋ ਜਾਣਗੇ ਤਾਂ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਟੋਮੇਟੋ ਐਡ ਕਰਨੇ ਆ। ਹਲਕੇ ਜਿਹੇ ਫਰਾਈ ਹੋ ਗਏ ਜੀ, ਹੁਣ ਆਪਾਂ ਇਹਦੇ ਵਿੱਚ ਟੋਮੈਟੋ ਐਡ ਕਰਤੇ। ਟੋਮੈਟੋ ਐਡ ਕਰਨ ਬਾਅਦ ਇਸ ਨੂੰ ਆਪਾਂ 2 ਤੋਂ 3 ਮਿੰਟ ਲਈ ਫਰਾਈ ਕਰ ਲੈਣਾ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ। 2 ਹੀ 1 ਚਮਚ ਨਮਕ ਦਾ ਪਾਉਣਾ ਵੱਡਾ, ਅਤੇ 1/4 ਸਪੂਨ ਮੈਂ ਇਹਦੇ ਵਿੱਚ ਪਾਇਆ ਲਾਲ ਮਿਰਚ ਦਾ। ਮਸਾਲਿਆਂ ਦਾ ਕੱਚਾ ਪਾਣ ਨਿਕਲਣ ਤੋਂ ਬਾਅਦ ਆਪਾਂ ਇੱਕ ਵੱਡੀ ਕਟੋਰੀ ਲੈਤੀ ਸੀਗੀ ਰਾਈਸ ਦੀ, ਇਸ ਕਰਕੇ ਇਹਦੇ ਵਿੱਚ ਆਪਾਂ 2.5 ਵੱਡੀਆਂ ਕਟੋਰੀਆਂ ਪਾਣੀ ਦੀਆਂ ਐਡ ਕਰਨੀਆਂ। ਪਾਣੀ ਗਰਮ ਹੋਣ ਦੇਣਾ, ਤਾਂ ਇਹਦੇ ਵਿੱਚ ਆਪਾਂ ਜੋ ਰਾਈਸ ਡਿਪ ਕਰਕੇ ਦਿੱਤੇ ਰੱਖੇ ਸੀਗੇ ਉਹਨਾਂ ਨੂੰ ਇਹਦੇ ਵਿੱਚ ਆਪਾਂ ਪਾ ਦੇਣਾ। ਹੁਣ ਆਪਾਂ ਕੁੱਕਰ ਦੇ ਢੱਕਣ ਨੂੰ ਲਾ ਕੇ ਆਪਾਂ ਇਹਦੇ ਵਿੱਚ 3 ਸੀਟੀਆਂ ਮਰਵਾਉਣੀਆਂ। 3 ਸੀਟੀਆਂ ਨਾਲ ਆਪਣੇ ਰਾਈਸ ਆ ਜਿਹੜੇ ਬਹੁਤ ਵਧੀਆ ਬਣ ਜਾਣਗੇ। ਕੁੱਕਰ ਚੰਗੀ ਤਰ੍ਹਾਂ ਬੰਦ ਕਰ ਦੇਣਾ। ਆਪਾਂ ਚੈੱਕ ਕਰ ਰਹੇ ਹਾਂ ਜੀ, 3 ਸੀਟੀਆਂ ਹੋ ਚੁੱਕੀਆਂ। ਹਾਂ ਦੇਖੋ ਜੀ ਕਿੰਨੇ ਸੋਹਣੇ ਰਾਈਸ ਖਿਲੇ ਖਿਲੇ ਬਣ ਕੇ ਤਿਆਰ ਹੋਏ ਆ। ਪਲੀਜ਼ ਲਾਈਕ ਐਂਡ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਚੈਨਲ ਵਿੱਚ ਪਾ ਕੇ ਤੁਹਾਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ ਬਾਏ।